ਕਿਸੇ ਵੇਲੇ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਹੋਇਆ ਕਰਦਾ ਸੀ, ਪਰ ਪੰਜਾਬ 'ਚ ਅਜਿਹੀਆਂ ਸਰਕਾਰਾਂ ਹੀ ਆ ਅਤੇ ਅਜਿਹੀਆਂ ਸਰਕਾਰਾਂ ਨੇ ਪੰਜਾਬ ਦੀ ਅਗਵਾਈ ਕੀਤੀ ਅਤੇ ਪੰਜਾਬ ਕਿਵੇਂ ਕਰਜ਼ੇ ਦੇ ਹੇਠਾਂ ਦੱਬਿਆ ਗਿਆ, ਕਿਵੇਂ ਪੰਜਾਬ ਨੂੰ ਕਰਜ਼ੇ ਦੇ ਹੇਠ ਡੋਬ ਦਿੱਤਾ ਗਿਆ ਅਤੇ ਕਿਵੇਂ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ 'ਤੇ ਕਰਜ਼ਾ ਚੜ੍ਹਦਾ ਰਿਹਾ। ਇਹ ਗੱਲ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿ ਆਖਿਰ ਪੰਜਾਬ ਦੀਆਂ ਸਰਕਾਰਾਂ ਨੇ ਕਿਵੇਂ ਪੰਜਾਬ ਨੂੰ ਡੁਬੋ ਕੇ ਰੱਖ ਦਿੱਤਾ। ਪੰਜਾਬ ਆਰਥਿਕ ਸੰਕਟ 'ਚੋਂ ਗੁਜ਼ਰਿਆ, ਪੰਜਾਬ ਗੋਤੇ ਖਾ ਰਿਹਾ, ਇਸ ਗੋਤੇ ਖਾ ਰਹੇ ਪੰਜਾਬ ਨੂੰ ਕੌਣ ਬਚਾ ਸਕਦਾ? ਸੈਂਟਰ ਸਰਕਾਰ। ਅਤੇ ਸੈਂਟਰ ਸਰਕਾਰ ਕੀ ਬਚਾਏਗੀ? ਕਿਉਂਕਿ ਹੁਣ ਪੰਜਾਬ ਸਰਕਾਰ ਕੱਢ ਰਹੀ ਹੈ ਤਰਲੇ ਕਿ ਸਾਨੂੰ ਕਰਜ਼ਾ ਚੁੱਕਣ ਦੀ ਹੋਰ ਹੱਦ ਵਧਾਉਣ ਵਾਸਤੇ ਸਾਡੀ ਬੇਨਤੀ ਸਵੀਕਾਰ ਕੀਤੀ ਜਾਵੇ। ਲੇਕਿਨ ਜਿਸ ਹਿਸਾਬ ਦੇ ਨਾਲ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਡੋਬਿਆ, ਪੰਜਾਬ ਨੂੰ ਲੁੱਟਿਆ, ਉਹਦੇ ਕਰਕੇ ਹੁਣ ਪੰਜਾਬ ਕਰਜ਼ਦਾਰ ਪੰਜਾਬ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਪਿਛਲੇ 10 ਸਾਲਾਂ ਦੀ ਵਿੱਤੀ ਵਰ੍ਹੇ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਪੰਜਾਬ 'ਤੇ ਕਰਜ਼ਾ ਕਰੀਬ 3,53,509 ਕਰੋੜ ਦਾ ਕਰਜ਼ਾ ਹੋ ਚੁੱਕਾ। ਕਰੀਬ 3.5 ਲੱਖ ਕਰੋੜ ਹੇਠਾਂ ਪੰਜਾਬ ਦੱਬਿਆ ਜਾ ਚੁੱਕਾ। ਇਸ ਦੱਬੇ ਹੋਏ ਪੰਜਾਬ ਨੂੰ ਕਿਸੇ ਦੇ ਵਿੱਚ ਵੀ ਇੰਨੀ ਹਿੰਮਤ ਨਹੀਂ ਆ ਕਿ ਪੰਜਾਬ ਨੂੰ ਕਰਜ਼ੇ ਦੇ ਜਾਲ 'ਚੋਂ ਬਾਹਰ ਕੱਢਿਆ ਜਾ ਸਕੇ। ਲਗਾਤਾਰ ਪੰਜਾਬ 'ਤੇ ਕਰਜ਼ਾ ਵੱਧਦਾ ਗਿਆ। ਗੱਲ ਕਰਦੇ ਹਾਂ ਕਿ ਸਾਲ 2013-2014 'ਚ ਪੰਜਾਬ 'ਤੇ ਸਿਰਫ ਕਰਜ਼ਾ 1,02,234 ਕਰੋੜ ਪਏ ਸੀ, ਜਿਹੜਾ 2013-2014 ਦੇ ਵਿੱਚ 1,02,234 ਕਰੋੜ ਰੁਪਏ ਦਾ ਕਰਜ਼ਾ, ਇਸ ਸਮੇਂ ਜਿਹੜਾ ਸਾਲ 2024-2025 ਦਾ ਵਿੱਤੀ ਵਰ੍ਹਾ ਚੱਲ ਰਿਹਾ, ਪੰਜਾਬ 'ਤੇ ਇਸ ਵੇਲੇ 3,53,599 ਕਰੋੜ ਦਾ ਕਰਜ਼ਾ ਹੋ ਚੁੱਕਿਆ। ਜਿੱਥੇ ਗੱਲ 2013-2014 ਦੀ ਕਰਦੇ ਹਾਂ ਕਿ ਜਿੱਥੇ ਪੰਜਾਬ 'ਤੇ 1,02,234 ਕਰੋੜ ਰੁਪਏ ਦਾ ਕਰਜ਼ਾ ਸੀ, ਉਹ ਫਿਰ 2014-2015 'ਚ ਵੱਧ ਕੇ 1,12,366 ਕਰੋੜ ਰੁਪਈਆ ਹੋ ਗਿਆ। 2015-2016 ਦੀ ਗੱਲ ਕੀਤੀ ਜਾਵੇ ਤਾਂ 1,28,835 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ। 2016-2017 ਦੀ ਗੱਲ ਕੀਤੀ ਜਾਵੇ ਤਾਂ ਫਿਰ ਪੰਜਾਬ 'ਤੇ ਕਰਜ਼ਾ ਚੜ੍ਹ ਗਿਆ, 1,82,526 ਕਰੋੜ ਰੁਪਏ ਦਾ ਕਰਜ਼ਾ। ਅਤੇ ਜਦੋਂ 2017-2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਉਸ ਸਮੇਂ ਪੰਜਾਬ ਦੇ ਉੱਪਰ 1,95,978 ਕਰੋੜ ਰੁਪਏ ਦਾ ਕਰਜ਼ਾ ਪੰਜਾਬ 'ਤੇ ਚੜ੍ਹ ਗਿਆ ਸੀ। 5 ਸਾਲ 2017-2018 ਤੋਂ ਲੈ ਕੇ 2022 ਤੱਕ ਜਿਹੜਾ ਕਰਜ਼ਾ ਪੰਜਾਬ 'ਤੇ ਲਗਾਤਾਰ ਵੱਧਦਾ ਗਿਆ। ਅਕਾਲੀਆਂ ਵੇਲੇ ਜਿਹੜਾ 2013-14 ਦੀ ਗੱਲ ਕੀਤੀ ਜਾਵੇ ਤਾਂ ਉਦੋਂ 1 ਲੱਖ ਤੋਂ ਕਰਜ਼ਾ ਚੜ੍ਹਿਆ ਸੀ ਅਤੇ ਜਦੋਂ ਉਹ 17 ਤੱਕ ਛੱਡ ਕੇ ਗਏ ਤਾਂ ਪੰਜਾਬ 'ਤੇ 1,82,526 ਕਰੋੜ ਦਾ ਕਰਜ਼ਾ ਹੋ ਚੁੱਕਾ ਹੈ। ਉਸ ਤੋਂ ਬਾਅਦ ਫਿਰ ਸਰਕਾਰ ਕਾਂਗਰਸ ਦੀ ਬਣ ਜਾਂਦੀ ਹੈ। 2017-2018 ਦੇ ਵਿੱਚ 1,95,978 ਕਰੋੜ, 2018-2019 ਦੇ ਵਿੱਚ 2,11,523 ਕਰੋੜ, 2019-2020 ਦੇ ਵਿੱਚ 2,29,953 ਕਰੋੜ ਰੁਪਏ, 2020-2021 ਦੇ ਵਿੱਚ 2,59,663 ਕਰੋੜ ਰੁਪਇਆ, ਔਰ ਫਿਰ 2021-2022 ਦੇ ਵਿੱਚ 2,61,693 ਕਰੋੜ ਰੁਪਏ ਦਾ ਕਰਜ਼ਾ ਪੰਜਾਬ 'ਤੇ ਚੜ੍ਹ ਗਿਆ ਸੀ। ਔਰ ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ 2021-2022 ਦੀ ਗੱਲ ਤਾਂ ਉਸ ਸਮੇਂ ਪੰਜਾਬ ਉੱਪਰ 2,61,281 ਕਰੋੜ ਰੁਪਏ ਦਾ ਕਰਜ਼ਾ ਸੀ। ਉਸ ਤੋਂ ਬਾਅਦ
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣ ਜਾਂਦੀ, ਮਤਲਬ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ, ਅਤੇ 2022-2023 'ਚ ਪੰਜਾਬ ਦੇ ਉੱਪਰ 2,93,729 ਕਰੋੜ ਰੁਪਏ ਦਾ ਕਰਜ਼ਾ ਹੋ ਜਾਂਦਾ। ਫਿਰ 2023-2024 ਦੇ ਵਿੱਚ 3,23,135 ਕਰੋੜ ਰੁਪਏ ਦਾ ਕਰਜ਼ਾ ਹੋ ਜਾਂਦਾ, ਅਤੇ 2024-2025 ਦਾ ਜਿਹੜਾ ਵਿੱਤੀ ਵਰ੍ਹਾ ਚੱਲ ਰਿਹਾ ਇਸ ਸਮੇਂ ਪੰਜਾਬ ਦੇ ਉੱਪਰ 3,53,599 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਿਆ ਗਾ। ਮਤਲਬ ਇੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਗਰ 28 ਮਹੀਨੇ ਦੀ ਗੱਲ ਕੀਤੀ ਜਾਵੇ 90,000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਵਾ ਉਹ ਪੰਜਾਬ 'ਤੇ ਚੜ੍ਹ ਚੁੱਕਾ ਗਾ, ਜਿਹੜਾ ਪਹਿਲਾਂ 102,61,000 ਦੇ ਕਰੀਬ ਸੀ, ਹੁਣ ਇਸ ਸਮੇਂ 3,53,599 ਕਰੋੜ ਰੁਪਏ ਦਾ ਪੰਜਾਬ 'ਤੇ ਕਰਜ਼ਾ ਹੋ ਚੁੱਕਾ। ਹਾਲਾਂਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ 'ਚ ਟੈਕਸ, ਕਿਰਾਏ, ਪੈਟਰੋਲ, ਡੀਜ਼ਲ ਅਤੇ ਵੈਟ ਦੇ ਵਿੱਚ ਵੀ ਵਾਧਾ ਕੀਤਾ, ਲੇਕਿਨ ਗੱਲ ਬਣੀ ਨਹੀਂ ਆ, ਕਿਉਂਕਿ ਚਰਚਾ 'ਤੇ ਹੈ ਕਿ ਦਸੰਬਰ ਮਹੀਨੇ ਦੇ ਵਿੱਚ ਤਨਖਾਹ ਦੇਣੀਆਂ ਮੁਲਾਜ਼ਮਾਂ ਨੂੰ ਬਹੁਤ ਔਖੀਆਂ ਹੋ ਜਾਣਗੀਆਂ। ਅਗਸਤ ਮਹੀਨੇ ਦੀ ਤਨਖਾਹ ਹੀ ਸਰਕਾਰ ਨੇ ਬੜੀ ਔਖੀ ਕੀਤੀ, ਔਰ ਸਭ ਤੋਂ ਵੱਡੀ ਗੱਲ ਆ ਕਿ ਹਰ ਸਾਲ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਦੀ ਤਨਖਾਹਾਂ ਦੀ ਅਗਰ ਗੱਲ ਕੀਤੀ ਜਾਵੇ, ਸੈਲਰੀ ਦੀ ਗੱਲ ਕੀਤੀ ਜਾਵੇ, 35,000 ਕਰੋੜ ਰੁਪਈਆ ਸੈਲਰੀਆਂ 'ਤੇ ਨਿਕਲ ਦਿੱਤਾ ਜਾਂਦਾ, ਸਰਕਾਰ ਨੂੰ ਦੇਣੇ ਪੈਂਦੇ ਨੇ, ਔਰ ਪੈਨਸ਼ਨਰ ਜਿਹੜੇ ਪੰਜਾਬ ਦੇ ਉਹ ਕਰੀਬ 19,800 ਕਰੋੜ ਰੁਪਏ ਪੈਨਸ਼ਨ ਦੇ ਜਿਹੜੇ ਆ, ਜਿੱਥੇ 35,000 ਕਰੋੜ ਰੁਪਈਆ ਤਨਖਾਹ ਦਾ, ਕਰੀਬ ਕਰੀਬ 20,000 ਕਰੋੜ ਰੁਪਈਆ ਜਿਹੜਾ ਪੈਨਸ਼ਨਰ, ਲਗਭਗ 55,000 ਕਰੋੜ ਰੁਪਈਆ 'ਤੇ ਪੰਜਾਬ ਸਰਕਾਰ ਦਾ ਤਨਖਾਹਾਂ ਅਤੇ ਸੈਲਰੀਆਂ 'ਤੇ ਨਿਕਲ ਜਾਂਦਾ ਹੈਗਾ। ਹੁਣ ਪੂਰੀ ਖਬਰ ਹੋਰ ਵਿਸਤਾਰ ਦੇ ਨਾਲ ਕਿ ਪੰਜਾਬ ਸਰਕਾਰ ਆਰਥਿਕ ਸੰਕਟ 'ਚੋਂ ਗੁਜ਼ਰ ਰਹੀ ਆ, ਪੰਜਾਬ ਸਰਕਾਰ ਵੱਲੋਂ ਇਸ ਸੰਕਟ ਨੂੰ ਦੂਰ ਕਰਨ ਵਾਸਤੇ ਯਤਨ ਵੀ ਕੀਤੇ ਜਾ ਰਹੇ ਨੇ, ਪਰ ਗੱਲ ਬਣੀ ਨਹੀਂ ਆ। ਪੰਜਾਬ ਸਰਕਾਰ ਨੇ ਟੈਕਸ ਲਗਾ ਕੇ ਕਰੀਬ 2,200 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਬਣਾਈ ਆ, ਔਰ ਦੂਜੇ ਪਾਸੇ ਉੱਧਰ ਹੀ ਕੇਂਦਰ ਸਰਕਾਰ ਨੇ ਨੂੰ ਵੀ ਚਿੱਠੀ ਲਿਖੀ ਆ ਕੇਂਦਰ ਸਰਕਾਰ ਨੂੰ ਕਿ ਕਰਜ਼ਾ ਸੀਮਾ ਜਿਹੜੀ ਆ ਉਹ ਵਧਾਈ ਜਾਵੇ। ਇਸਦੇ ਨਾਲ ਹੀ ਕੇਂਦਰ ਸਰਕਾਰ ਤੋਂ ਇਹ ਵੀ ਅਪੀਲ ਕੀਤੀ ਕਿ ਜਿਹੜਾ ਬਕਾਇਆ ਰਹਿੰਦਾ ਉਹ ਬਕਾਏ ਸਮੇਤ ਕੁੱਲ 10,000 ਕਰੋੜ ਰੁਪਏ ਵੀ ਸੂਬਾ ਸਰਕਾਰ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ। ਰਾਜ ਸਰਕਾਰ ਦੇ ਇਸ ਦੇ ਲਈ ਕੇਂਦਰੀ ਵਿੱਤ ਮੰਤਰਾਲੇ ਨੂੰ ਵੀ ਚਿੱਠੀ ਲਿਖੀ, ਮਤਲਬ ਸੂਬਾ ਸਰਕਾਰ ਵੱਲੋਂ ਕੇਂਦਰੀ ਮੰਤਰੀ ਖਜ਼ਾਨਾ ਨਿਰਮਲਾ ਸੀਤਾਰਮਨ ਨੂੰ ਵੀ ਚਿੱਠੀ ਲਿਖੀ ਹੈ। ਚਿੱਠੀ ਵਿੱਚ ਸਰਕਾਰ ਨੇ 14ਵੇਂ ਵਿੱਤ ਕਮਿਸ਼ਨ ਦੀ ਵੱਲੋਂ ਤੈਅ ਕੀਤੇ ਕਰਜ਼ਾ ਸੀਮਾ ਵਿੱਚ ਘੱਟ ਮਿਲੇ 4,000 ਕਰੋੜ ਰੁਪਏ ਦੇਣ ਤੋਂ ਇਲਾਵਾ ਪਿਛਲੇ ਸਾਲ ਕਰਜ਼ ਵਿੱਚ ਕੀਤੀ ਗਈ 2,400 ਕਰੋੜ ਰੁਪਏ ਦੀ ਕਟੌਤੀ, ਔਰ ਇਸੇ ਸਾਲ ਦੇ ਨਾਲ 3,600 ਕਰੋੜ ਰੁਪਏ ਦੇ ਵਾਧੂ ਕਰਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਇਹ ਵੀ ਚਿੱਠੀ ਵਿੱਚ ਉਸ ਸਮੇਂ ਲਿਖਿਆ ਗਿਆ ਜਦੋਂ ਪੰਜਾਬ ਸਰਕਾਰ, ਇਹ ਚਿੱਠੀਆਂ ਉਦੋਂ ਲਿਖੀਆਂ ਗਈਆਂ ਜਦੋਂ ਪੰਜਾਬ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਨੂੰ ਅਗਸਤ ਦੇ ਮਹੀਨੇ ਦੀ ਤਨਖਾਹ ਦੇਣ ਦੇ ਵਿੱਚ ਤਕਲੀਫ ਹੋਈ ਆ। ਸਤੰਬਰ ਦੇ ਵਿੱਚ ਜਿਹੜੀ ਅਗਸਤ ਮਹੀਨੇ ਤਨਖਾਹ ਸਤੰਬਰ 4-5 ਤੱਕ ਸਰਕਾਰ ਨੂੰ ਦੇਣੀ ਪਈ, ਉਹ ਵੀ ਔਖੀ ਪੁਜੀਸ਼ਨ ਸੀ। ਹਾਲਾਂਕਿ ਪੰਜਾਬ ਦੇ ਖਜ਼ਾਨਾ ਵਿਭਾਗ ਦੇ ਅਧਿਕਾਰੀ ਦੇਰੀ ਨਾਲ ਦਿੱਤੀ ਤਨਖਾਹ ਨੂੰ ਤਕਨੀਕੀ ਕਾਰਨ ਦੱਸ ਰਹੇ ਨੇ, ਪਰ ਸਥਿਤੀ ਇਹ ਹੈ ਕਿ ਪੰਜਾਬ ਸਰਕਾਰ ਦੇ ਕੁਝ ਅਫਸਰ ਦੱਸਦੇ ਨੇ ਕਿ ਸਥਿਤੀ ਮਾੜੀ ਹੈ। ਅਗਰ ਪੰਜਾਬ ਸਰਕਾਰ ਦੇ ਇਹੋ ਹਾਲਾਤ ਰਹੇ ਤਾਂ ਦਸੰਬਰ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 55,000 ਕਰੋੜ ਰੁਪਏ ਜਿਹੜੇ ਸਾਲ ਦੇਣੇ ਹੁੰਦੇ ਉਹ ਔਖੇ ਹੋ ਜਾਣਗੇ, ਪੈਨਸ਼ਨ ਪ੍ਰੋਬਲਮ ਸਰਕਾਰ ਨੂੰ ਆਏਗੀ। ਉੱਧਰ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 10,000 ਕਰੋੜ ਦਾ ਜਿਹੜਾ ਵਾਧੂ ਕਰਜ਼ਾ ਦੀ ਮੰਗ ਆ ਉਹ ਕਿਸ ਐਕਟ ਦੇ ਤਹਿਤ ਮੰਗੀ ਜਾ ਰਹੀ ਹੈ, ਉਹ ਹੈ FRBS M, ਮਤਲਬ ਜਿਹੜਾ FRBM ਇਹਦਾ ਮਤਲਬ ਆ ਫਾਈਨੈਂਸ਼ੀਅਲ ਰਿਸਪੋਂਸੀਬਿਲਟੀ ਐਂਡ ਬਜਟ ਮੈਨੇਜਮੈਂਟ ਐਕਟ ਦੇ ਤਹਿਤ ਇਹ 10,000 ਕਰੋੜ ਰੁਪਏ ਦੀ ਜਿਹੜੀ ਕਰਜ਼ੇ ਦੀ
ਮਿਆਦ ਆ ਜਿਹੜੀ ਹੱਦ ਆ ਵਧਾਉਣ ਦੀ ਗੱਲ ਕੀਤੀ ਹੈ। ਅਗਰ ਕੇਂਦਰ ਸਰਕਾਰ ਚਾਹਵੇ ਤਾਂ ਉਹ ਇਸ ਐਕਟ ਦੇ ਤਹਿਤ ਕਰ ਸਕਦੀ ਆ, ਕਿਉਂਕਿ ਜਦੋਂ ਕੋਈ ਸੂਬਾ ਸਰਕਾਰ ਕਰਜ਼ੇ ਦੇ ਹੇਠਾਂ ਦੱਬਿਆ ਜਾਵੇ ਤਾਂ ਜਿਵੇਂ ਪੰਜਾਬ ਦੱਬਿਆ ਜਾਵੇ, ਦੱਬਿਆ ਜਾ ਚੁੱਕਾ, ਫਿਰ ਇਸ ਐਕਟ ਦੇ ਤਹਿਤ ਹੀ ਸੈਂਟਰ ਸਰਕਾਰ ਸੂਬਾ ਸਰਕਾਰ ਦੀ ਬਾਂਹ ਫੜ ਸਕਦਾ। ਕੋਰੋਨਾ ਕਾਲ ਦੇ ਦੌਰਾਨ ਵੀ ਕਰਜ਼ਾ ਲੈਣ ਦੀ ਜਿਹੜੀ ਸੀਮਾ ਕੁੱਲ ਘਰੇਲੂ ਉਤਪਾਦ ਦੇ ਉਤਪਾਦਨ ਦੇ 3% ਤੋਂ ਵਧਾ ਕੇ 3.5% ਕਰ ਦਿੱਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਹਰ ਸਾਲ ਜਿਵੇਂ ਪਹਿਲਾਂ ਜ਼ਿਕਰ 35,000 ਕਰੋੜ ਰੁਪਈਆ ਕਰਮਚਾਰੀਆਂ ਦੀ ਤਨਖਾਹ ਅਤੇ 19,800 ਕਰੋੜ ਰੁਪਈਆ ਪੈਨਸ਼ਨ 'ਤੇ ਖਰਚ ਕੀਤਾ ਜਾਂਦਾ ਹੈਗਾ। ਇਸ ਤੋਂ ਇਲਾਵਾ ਸੂਬੇ ਦੇ ਮਾਰਚ 2024 ਤੱਕ ਕੁੱਲ ਕਰਜ਼ਾ 3.25 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਾ। ਇਸ ਕਰਜ਼ ਵਿੱਚ ਮਾਰਚ 2025 ਵਿੱਚ ਕਰੀਬ ਹੁਣ 23,900 ਕਰੋੜ ਰੁਪਏ ਜਿਹੜੇ ਸੂਬਾ ਨੂੰ ਸਰਕਾਰ ਨੂੰ ਵਿਆਜ ਵਜੋਂ ਦੇਣੇ ਨੇ। ਮਤਲਬ 2025 ਤੱਕ ਕਰੀਬ 24,000 ਕਰੋੜ ਰੁਪਈਆ ਵਿਆਜ ਦੇਣਾ ਪੈਣਾ ਗਿਆ। ਔਰ ਪੰਜਾਬ ਦੇ ਹਾਲਾਤ ਇਹ ਨੇ ਕਿ ਕਰਜ਼ਾ ਚੁਕਾਉਣ ਵਾਸਤੇ ਵੀ ਵਿਆਜ ਦੇਣਾ ਪੈ ਰਿਹਾ। ਆਰਥਿਕ ਸੰਕਟ ਦੇ ਨਾਲ ਨਜਿੱਠ ਰਹੀ ਪੰਜਾਬ ਸਰਕਾਰ ਨੇ ਇਸੇ ਮਹੀਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ। ਇੱਕ ਤਾਂ ਜਿਨ੍ਹਾਂ ਦੇ 7 ਕਿਲੋਵਾਟ ਤੱਕ ਘਰੇਲੂ ਬਿਜਲੀ ਦੇ ਕਨੈਕਸ਼ਨ ਸਨ ਉਹਨਾਂ ਨੂੰ ਮਿਲਣ ਵਾਲੀ 3 ਰੁਪਏ ਪ੍ਰਤੀ ਜਿਹੜੀ ਸਬਸਿਡੀ ਆ ਉਹ ਵੀ ਸਰਕਾਰ ਨੇ ਵਾਪਸ ਲੈ ਲਈ ਹੈ। ਇਸ ਸਬਸਿਡੀ ਵਾਪਸ ਲੈਣ ਪੰਜਾਬ ਸਰਕਾਰ ਨੂੰ 1,407 ਕਰੋੜ ਰੁਪਈਏ ਮਿਲਣਗੇ। ਇਸ ਤੋਂ ਇਲਾਵਾ ਪੈਟਰੋਲ ਡੀਜ਼ਲ ਦੇ ਵੈਟ 'ਤੇ ਕੀਤੇ ਵਾਧੇ ਦੇ ਨਾਲ ਸੂਬਾ ਸਰਕਾਰ ਨੂੰ 545 ਕਰੋੜ ਰੁਪਈਏ ਮਿਲਣਗੇ। ਮੋਟਰ ਵਹੀਕਲ ਟੈਕਸ ਵਿੱਚ ਕੀਤੇ ਵਾਧੇ ਦੇ ਨਾਲ 135 ਕਰੋੜ ਰੁਪਈਏ ਮਿਲਣਗੇ। ਪੁਰਾਣੇ ਵਾਹਨਾਂ ਦੀ ਮੁੜ ਤੋਂ ਰਜਿਸਟ੍ਰੇਸ਼ਨ 'ਤੇ ਲਗਾਏ ਗ੍ਰੀਨ ਟੈਕਸ ਦੇ ਰੂਪ ਦੇ ਵਿੱਚ ਸੂਬਾ ਸਰਕਾਰ ਨੂੰ 34 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਏਗਾ। ਔਰ ਇਸੇ ਤਰ੍ਹਾਂ ਬੱਸਾਂ ਦਾ ਕਿਰਾਇਆ ਵੀ 23% ਵਧਾ ਦਿੱਤਾ ਗਿਆ, 23% ਪ੍ਰਤੀ ਕਿਲੋਮੀਟਰ। ਉਹਦੇ ਨਾਲ ਸੂਬਾ ਸਰਕਾਰ ਨੂੰ 150 ਕਰੋੜ ਰੁਪਏ ਆ ਸਕਦੇ ਨੇ। ਇਹ ਕੁੱਲ ਜਿਹੜੇ ਇਹਨਾਂ ਮਹੀਨਿਆਂ ਦੇ ਵਿੱਚ ਸਰਕਾਰ ਨੇ ਟੈਕਸ ਲਾਏ ਇਹਦੇ ਨਾਲ ਕਰੀਬ ਸਰਕਾਰ ਨੂੰ ਸਾਲਾਨਾ 2,200 ਕਰੋੜ ਰੁਪਏ ਦਾ ਜਿਹੜਾ ਉਹ ਮੁਨਾਫਾ ਹੋਏਗਾ। ਅਗਰ ਸਾਲ 2024-2025 ਦੇ ਲਈ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੀ ਕਰਜ਼ਾ ਸੀਮਾ ਜਿਹੜੀ ਆ ਉਹ 30,464.92 ਕਰੋੜ ਰੁਪਏ ਸੀ। ਇਸ ਵਿੱਚ ਸਰਕਾਰ ਜੁਲਾਈ ਤੱਕ 13,094 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਇਸ ਵਿੱਚ ਚੁਕਾਇਆ ਗਿਆ ਪਿਛਲਾ ਕਰਜ਼ਾ ਸ਼ਾਮਲ ਨਹੀਂ ਹੈ। ਸਰਕਾਰ ਨੂੰ ਚਾਲੂ ਵਿੱਤੀ ਵਰ੍ਹੇ ਲਈ 10,000 ਕਰੋੜ ਰੁਪਏ ਦੀ ਕਰਜ਼ਾ ਸੀਮਾ ਚੁੱਕਣ ਦੀ ਜਿਹੜੀ ਆ ਲੋੜ ਹੈ, ਜਿਸ ਕਾਰਨ ਸੈਂਟਰ ਸਰਕਾਰ ਨੂੰ ਚਿੱਠੀ ਲਿਖੀ ਆ। ਹਿੰਦੀ ਅਖਬਾਰ ਦੈਨਿਕ ਜਾਗਰਣ ਦੇ ਬਿਊਰੋ ਚੀਫ ਇੰਦਰਪ੍ਰੀਤ ਸਿੰਘ ਹੁਣੀ ਇਹ ਵੀ ਆਖਦੇ ਨੇ ਕਿ ਇਸ ਚਿੱਠੀ ਦੇ ਵਿੱਚ ਸੂਬਾ ਸਰਕਾਰ ਵੱਲੋਂ ਇਹ ਵੀ ਲਿਖਿਆ ਗਿਆ ਕਿ ਪੰਜਾਬ ਨੂੰ ਉਹਨਾਂ ਦੇ ਹਿੱਸੇ ਦਾ ਪੈਸਾ ਨਹੀਂ ਦਿੱਤਾ ਜਾ ਰਿਹਾ ਹੈਗਾ। ਇਸ ਵਿੱਚ ਰਾਸ਼ਟਰੀ ਹੈਲਥ ਮਿਸ਼ਨ ਦੇ 1,100 ਕਰੋੜ ਰੁਪਈਏ, ਦਿਹਾਤੀ ਵਿਕਾਸ ਫੰਡ ਦੇ 6,667 ਕਰੋੜ ਰੁਪਈਏ ਜਿਹੜੇ ਨੇ ਉਹ ਵੀ ਹਾਲੇ ਤੱਕ ਸੈਂਟਰ ਸਰਕਾਰ ਨੇ ਨਹੀਂ ਦਿੱਤੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ GST ਮੁਆਵਜ਼ੇ ਦੇ ਰੂਪ ਵਿੱਚ ਕੇਂਦਰ ਸਰਕਾਰ ਵੱਲੋਂ ਸਰਕਾਰ ਨੂੰ 16,000 ਕਰੋੜ ਰੁਪਏ ਵੀ ਮਿਲਦੇ ਸੀ, ਉਹ ਵੀ ਨਹੀਂ ਮਿਲੇ। ਸੂਬਾ ਸਰਕਾਰ ਨੇ ਇਹ ਵੀ ਤਰਕ ਦਿੱਤਾ ਕਿ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ਵਿੱਚ ਕਰਜ਼ਾ ਮਿਲਿਆ ਜਿਸ ਨੂੰ ਚੁਕਾਉਣਾ ਹੋਵੇਗਾ। ਪੰਜਾਬ 'ਤੇ ਇਸ ਚਾਲੂ ਵਿੱਤੀ ਵਰ੍ਹੇ ਦੇ ਅੰਤ ਤੱਕ ਕੁੱਲ ਕਰਜ਼ਾ 3,53,00,000 ਕਰੋੜ ਰੁਪਏ ਹੋ ਜਾਏਗਾ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਰੀਬ 30,500 ਕਰੋੜ ਰੁਪਇਆ। ਪੰਜਾਬ ਕਰਜ਼ੇ ਹੇਠਾਂ ਦੱਬ ਚੁੱਕਾ। ਸਾਰੀਆਂ ਸਰਕਾਰਾਂ ਮਹਾਂਦੋਸ਼ੀ ਨੇ ਕਿ ਪੰਜਾਬ ਨੂੰ ਲੁੱਟਿਆ ਵੀ ਗਿਆ ਅਤੇ ਪੰਜਾਬ ਨੂੰ ਕਰਜ਼ੇ ਹੇਠਾਂ ਡੋਬ ਵੀ ਦਿੱਤਾ ਗਿਆ। ਪੰਜਾਬ ਗਰੀਬ ਹੁੰਦਾ ਗਿਆ ਅਤੇ ਪੰਜਾਬ ਦੇ ਲੀਡਰ ਅਮੀਰ ਹੁੰਦੇ ਜਾ ਰਹੇ। ਇਹ ਪੰਜਾਬ ਦੀ ਤਸਵੀਰ ਆ
ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਨੇ ਉਹ ਹੀ ਪੰਜਾਬ ਦਾ ਬੇੜਾ ਗਰਕ ਕਰੀ ਜਾ ਰਹੇ ਨੇ। ਦੇਖਦੇ ਹਾਂ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਦੇ ਹਲ ਮਹਿਜ ਜਿਹੜੇ ਨੇ 22-23 ਮਹੀਨੇ ਬਾਕੀ ਰਹਿ ਗਏ ਨੇ, ਕਿਉਂਕਿ ਆਖਰੀ ਜਿਹੜੇ 5-6 ਮਹੀਨੇ ਵੋਟਾਂ 'ਚ ਨਿਕਲ ਜਾਂਦੇ ਨੇ। ਇਹਨਾਂ 22-23 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਨੂੰ ਕਿਵੇਂ ਵਿੱਤੀ ਸੰਕਟ 'ਚੋਂ ਬਾਹਰ ਕੱਢਦੀ ਆ। ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।